ਦੇਸ਼ ਭਰ ਵਿੱਚ ਚੱਲਦੇ ਹਾਈ ਅਲਰਟ ਦੇ ਬਾਵਜੂਦ ਜੰਮੂ ਕਸ਼ਮੀਰ ਰਾਹੀਂ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਤਸਕਰੀ ਦੀ ਪੋਲ ਗੁਰਾਇਆ ਪੁਲਿਸ ਨੇ ਖੋਲ੍ਹੀ ਹੈ। ਬੀਤੀ ਰਾਤ ਗੁਰਾਇਆ ਪੁਲਿਸ ਨੇ ਜੰਮੂ ਕਸ਼ਮੀਰ ਦੀਆਂ ਦੋ ਬੱਸਾਂ ਵਿੱਚੋਂ ਨਾਕੇਬੰਦੀ ਦੌਰਾਨ 90 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੱਖਾਂ ਦੀ ਕਰੰਸੀ ਵੀ ਬਰਾਮਦ ਕੀਤੀ ਹੈ। CIA ਸਟਾਫ ਜਲੰਧਰ ਨੇ ਇਹ ਕਾਰਵਾਈ ਗੁਰਾਇਆ ਪੁਲਿਸ ਦੇ ਸਹਿਯੋਗ ਨਾਲ ਕੀਤੀ ਹੈ। ਇਸ ਮੌਕੇ ਤੇ SSP ਦਿਹਾਤੀ ਜਲੰਧਰ ਨਵਜੋਤ ਸਿੰਘ ਮਾਲ ਨੇ ਕਿਹਾ, ਥਾਣਾ ਗਰਾਇਆ ਜਲੰਧਰ ਰੂਰਲ ਦੇ ਵਿੱਚ ਜਿਹੜਾ ਪੈਂਦਾ, ਉੱਥੇ ਅੱਜ ਸਵੇਰੇ 2:30 ਵਜੇ ਦੇ ਕਰੀਬ ਸਾਡੇ SPD ਬੋਪਰਾਏ ਸਾਹਿਬ ਅਤੇ DSP ਅਮਨਦੀਪ ਰਾੜ, ਇਹਨਾਂ ਦੀ ਅਗਵਾਈ ਦੇ ਵਿੱਚ SHO ਗਰਾਇਆ ਲਖਵੀਰ ਸਿੰਘ ਨੇ ਇੱਕ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇਹਨਾਂ ਨੇ ਦੋ ਬੱਸਾਂ ਰੋਕੀਆਂ। ਦੋਵੇਂ ਹੀ J&K ਦੀਆਂ ਸਰਕਾਰੀ ਬੱਸਸ ਨੇ। ਪਹਿਲੀ ਬੱਸ ਨੂੰ ਰੋਕ ਕੇ ਜਦੋਂ ਉਸਦੀ ਚੈਕਿੰਗ ਕੀਤੀ ਗਈ ਤਾਂ ਉਹਦੇ ਵਿੱਚੋਂ ਦੋ ਬੈਗਸ ਮਿਲੇ 45-45 ਕਿਲੋ ਦੇ, ਅਤੇ 90 ਕਿਲੋ ਟੋਟਲ ਚੂਰਾ ਪੋਸਤ ਜਾਂ ਪੋਪੀ ਹਸਕ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਰਿਕਵਰ ਹੋਏ। ਇਹ ਜਿਹੜੇ ਦੋਵੇਂ ਡਰਾਈਵਰ ਸੀਗੇ, ਇਹ ਇੱਕ ਡਰਾਈਵਰ ਇੱਕ ਕੰਡਕਟਰ, ਇਹ ਦੋਵੇਂ ਸ਼੍ਰੀਨਗਰ ਤੋਂ ਆ ਰਹੇ ਸੀਗੇ। ਦੂਸਰੀ ਬੱਸ ਜਦੋਂ ਇਹਦੇ ਪਿੱਛੇ ਆ ਰਹੀ ਸੀ, ਉਹਨੂੰ ਵੀ ਰੋਕ ਕੇ ਚੈੱਕ ਕੀਤਾ ਗਿਆ ਅਤੇ ਉਹਦੇ ਵਿੱਚੋਂ 7,53,000 ਦੀ ਰਿਕਵਰੀ ਹੋਈ ਹੈ। ਪਹਿਲੇ ਕੇਸ ਦੇ ਵਿੱਚ ਅਸੀਂ ਕੇਸ ਰਜਿਸਟਰ ਕਰਕੇ NDPS ਦੇ ਵਿੱਚ, ਅਤੇ ਇਹਨਾਂ ਨੂੰ ਹੁਣ ਕੋਰਟ 'ਚ ਪੇਸ਼ ਕਰਾਂਗੇ ਅਤੇ ਇਹਨਾਂ ਦਾ ਰਿਮਾਂਡ ਲਵਾਂਗੇ। ਦੂਜੇ ਕੇਸ ਦੇ ਵਿੱਚ, ਕਿਉਂਕਿ ਸਿਰਫ ਕੈਸ਼ ਮਿਲਿਆ ਸੀਗਾ, ਉਸ ਕੇਸ ਦੇ ਵਿੱਚ ਅਸੀਂ ਇਨਕਮ ਟੈਕਸ ਅਥਾਰਟੀਜ਼ ਅਤੇ ਜੇ ਲੋੜ ਪਈ ਤਾਂ ED ਵਾਲਿਆਂ ਨੂੰ ਵੀ ਇਨਫੋਰਮ ਕਰਾਂਗੇ। ਇਹ ਹੁਣ ਇਹਨਾਂ ਨੂੰ ਫੜਿਆ ਗਿਆ, ਇਹਨਾਂ ਦਾ ਰਿਮਾਂਡ ਲਿਆ ਜਾਏਗਾ ਅਤੇ ਪੁੱਛਗਿੱਛ ਕਰਕੇ ਫਿਰ ਤੁਹਾਡੇ ਨਾਲ ਜੋ ਵੀ ਗੱਲ ਸਾਹਮਣੇ ਆਏਗੀ ਸ਼ੇਅਰ ਕਰਾਂਗੇ। ਬੱਸਿਸ ਇਹ J&K ਦੀਆਂ ਸਰਕਾਰੀ ਬੱਸਾਂ ਨੇ। ਇਹ ਸਟੇਟ ਟਰਾਂਸਪੋਰਟ J&K ਦੀ ਹੈਗੀ ਹੈ। ਇਹ ਸ਼੍ਰੀਨਗਰ ਤੋਂ ਆਏ ਨੇ ਅਤੇ ਹੁਣ ਲੁਧਿਆਣੇ ਅਤੇ ਦਿੱਲੀ ਵੱਲ ਨੂੰ ਜਾ ਰਹੇ ਸੀਗੇ। ਅਤੇ ਗਰਾਇਆ ਜਿਹੜੀ, ਕਿਉਂਕਿ ਜਲੰਧਰ ਰੂਰਲ ਪੁਲਿਸ ਕਾਫੀ ਮੁਸ਼ਤੈਦ ਹੈ ਅੱਜ ਕੱਲ੍ਹ ਜੋ ਚੱਲ ਰਹੀ ਹੈ ਇੰਡੋ ਪਾਕਿਸਤਾਨ ਦੇ ਉੱਤੇ ਬਾਰਡਰ 'ਤੇ ਜਿਹੜੀ ਆਪਣੀ ਟੈਨਸ਼ਨ ਚੱਲ ਰਹੀ ਹੈ, ਉਸ ਸੰਬੰਧ ਦੇ ਵਿੱਚ ਉੱਥੋਂ ਡਾਇਰੈਕਸ਼ਨਸ ਨੇ ਅਤੇ ਅਸੀਂ ਕਾਫੀ ਨਾਕਾਬੰਦੀ ਵਧਾਈ ਹੋਈ ਹੈ। ਉਸ ਨਾਕਾਬੰਦੀ ਦੌਰਾਨ ਇਹ ਬੰਦੇ ਫੜੇ ਗਏ। ਇਹ ਹਜੇ ਕੋਈ ਇਹਨਾਂ ਦੀ ਇਸ ਲੈਵਲ 'ਤੇ ਪੁੱਛਗਿੱਛ ਨਹੀਂ ਹੋ ਸਕੀ, ਕਿਉਂਕਿ ਅੱਜ ਸਵੇਰੇ ਹੀ ਫੜੇ ਨੇ ਅਤੇ ਇਹ ਹੁਣ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ। ਸਰ, ਜਿਹੜਾ ਨਾਕਾਬੰਦੀ ਰੂਟੀਨ 'ਚ ਸੀ ਜਾਂ ਕੋਈ ਸਪੈਸ਼ਲ ਰਿਪੋਰਟ ਸੀ ਪੁਲਿਸ ਕੋਲ, ਕੀ ਇਹਦਾ ਦਾ ਕੁਛ? ਇਹਦੇ 'ਚ ਨਾਕਾਬੰਦੀ ਤਾਂ ਸਾਡੀ ਹੁਣ ਚੱਲ ਹੀ ਰਹੀ ਹੈ, ਕਿਉਂਕਿ ਹਾਈ ਅਲਰਟ 'ਤੇ ਹੋਣ ਕਰਕੇ ਅਸੀਂ ਜ਼ਿਆਦਾ ਨਾਕੇ ਲਾਉਂਦੇ ਹਾਂ ਅਤੇ ਇੱਕ ਉਸਦਾ ਵੀ ਰਿਜ਼ਲਟ ਹੈ ਅਤੇ ਕੁਛ ਇਨਫੋਰਮੇਸ਼ਨ ਵੀ ਸਾਡੇ ਆਫਿਸਰਸ ਕੋਲ ਸੀਗੀ। ਇਹ ਦੋਵਾਂ ਚੀਜ਼ਾਂ ਨੂੰ ਕਲੱਬ ਕਰਕੇ ਇਹ ਰਿਕਵਰੀ ਹੋਈ। ਇਹ ਹੁਣ ਪੁੱਛਗਿੱਛ ਕਰਾਂਗੇ। ਹਜੇ ਤੱਕ ਤੇ ਜੋ ਮਹਿਸੂਸ ਹੁੰਦਾ ਓਰੀਜਨਲ ਆ, ਬਿਲਕੁਲ ਓਰੀਜਨਲ।